ਇਸ ਜੀਵ ਦੇ ਮੱਥੇ ਉੱਤੇ ਦੇਖ ਲਿਖੀ ਐਸੀ ਕੁਦਰਤ ਸੱਚੇ ਪਾਤਸ਼ਾਹ ਦੀ ਕੀਤੀ ਹੈ ਭਾਵ ਪਹਿਲਾਂ ਇਸ ਜੀਵ ਨੂੰ ਬਣਾਇਆ ਤੇ ਫਿਰ ਉਹਦੇ ਮੱਥੇ ਸਤਿਗੁਰ ਕਹਿੰਦੇ ਮੌਤ ਸਭ ਤੇ ਆਉਣੀ ਹੈ ਤਕਰੀਬਨ ਪਤਾ ਵੀ ਸਭ ਨੂੰ ਹੈ ਤੇ ਗੁਰੂ ਨਾਨਕ ਪਾਤਸ਼ਾਹ ਬਖਸ਼ੀ ਕਰਦੇ ਨੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਹਨ ਤੇ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਬੈਠੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਭਾਈ ਬਾਲਾ ਜੀ ਤੁਸੀਂ ਮੌਤ ਨੂੰ ਕਿਤਨਾ ਤਕਰੀਬ ਸਮਝਦੇ ਹੋ ਪਾਤਸ਼ਾਹ ਜੀ ਮੁਸਕਰਾ ਕੇ ਨਾਲ ਬੈਠੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਮੌਤ ਨੂੰ ਕਿਤਨਾ ਤਕਰੀਬ ਸਮਝਦੇ ਹੋ ਤੇ ਭਾਈ ਮਰਦਾਨਾ ਜੀ ਦੇ ਵੀ ਇਹੀ ਬਚਨ ਕਹਿੰਦੇ ਸਤਿਗੁਰ ਪਾਤਸ਼ਾਹ ਜੀ ਇੱਕ ਘੜੀ ਵੇਖੀ ਹੈ ਤੇ ਦੂਜੀ ਦੀ ਕੋਈ ਆਸ ਨਹੀਂ ਤੇ ਸਤਿਗੁਰ ਜੀ ਨੇ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੌਤ ਨਾ ਜਾਣਾ ਕਹਿੰਦੇ ਤੁਸੀਂ ਮੌਤ ਨੂੰ ਇਤਨਾ ਦੂਰ ਸਮਝੀ ਬੈਠੇ ਹੋ ਤੇ ਸਤਿਗੁਰ ਕੀ ਸਮਝਾਉਂਦੇ ਹਨ ਕਹਿੰਦੇ ਇੱਕ ਸਾਹ ਅੰਦਰ ਗਿਆ ਨਾ ਤੇ ਦੂਜੇ ਸਾਹ ਦੀ ਆਸ ਨਾ ਰੱਖ ਨਾਨਕ ਬਿਨ ਵੈਤ ਸਹਿ ਸਰੇ ਕੋ ਜਾ ਕੇ ਜੀ ਪੁਰਾਣਾ ਪਰ ਸਤਿਗੁਰ ਕਹਿੰਦੇ ਅੰਧੇ ਜੀਵ ਨਾ ਵਿਚਾਰ ਦੇਖ ਕਿਤੇ ਕੀ ਕਹਿੰਦੇ ਜਿਸ ਮੋਹ ਵਿੱਚ ਫਸ ਕੇ ਉਸ ਪ੍ਰਭੂ ਨੂੰ ਭੁੱਲੀ ਬੈਠਾ ਨਾ ਅੰਤ ਸਮੇਂ ਜਿਨ੍ਹਾਂ ਕਰਕੇ ਤੂੰ ਉਸ ਪਰਮਾਤਮਾ ਨੂੰ ਛੱਡੀ ਬੈਠਾ ਨਾ ਅੰਤ ਸਮੇਂ ਇਹ ਵੀ ਤੇਰੇ ਨਾਲ ਦੇ ਗੁਰਦੁਆਰੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਕੁਟੰਬ ਦਾ ਮੀਨ ਭਾਵ ਪਰਿਵਾਰ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲ ਕਹਿੰਦੇ ਜਿਨ੍ਹਾਂ ਕਰਕੇ ਉਸ ਪਰਮਾਤਮਾ ਨੂੰ ਵਿਸਾਰੀ ਬੈਠਾ ਨਾ ਅੰਤ ਸਮੇਂ ਤੇਰੇ ਨਾਲ ਲਿਖਣ ਵਾਲੇ ਪਰ ਸਤਿਗੁਰ ਪਾਤਸ਼ਾਹ ਜੀ ਇਹ ਵੀ ਨਹੀਂ ਕਹਿੰਦੇ ਕਿ ਤੂੰ ਆਪਣਾ ਗ੍ਰਹਿਸਥ ਜੀਵਨ ਆਪਣੇ ਬੱਚਿਆਂ ਨੂੰ ਛੱਡ ਕੇ ਮੇਰੀ ਭਗਤੀ ਵਿੱਚ ਆ ਸਤਿਗੁਰ ਕਹਿੰਦੇ ਆਪਣੇ ਗ੍ਰਹਿਸਥ ਜੀਵਨ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਚ ਵਸਾ ਤੇ ਤੇਰੀ ਅਵਸਥਾ ਪਤਾ ਕੈਸੀ ਹੋ ਜਾਵੇ ਏਕ ਘੜੀ ਆਦੀ ਹੁੰਦੇ ਆਦ ਭਗਤਨ ਸਿੱਧੀ ਗੋਸ਼ਟੀ ਜੋ ਕੀ ਸੁਣਦਾ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਇੱਕ ਛਿੰਨ ਮਾਤਰ ਵੀ ਉਹ ਪ੍ਰਭੂ ਦੀ ਬੰਦਗੀ ਨੂੰ ਆਪਣੇ ਦੇ ਹਿਰਦੇ ਚ ਵਸਾ ਲਿਆ ਨਾ ਅੰਤ ਸਮੇਂ ਧਰਮਰਾਜ ਦਰ ਤੇ ਐਸੇ ਗੁਰਮੁਖ ਨੂੰ ਤੂੰ ਕਰਕੇ ਸੰਬੋਧਨ ਨਹੀਂ ਕੀਤਾ ਜਾਂਦਾ ਰੇ ਰੇ ਦਰਗਾਹ ਕਹੇ ਨਾ ਕੋ ਕਿੰਨਾ ਨਾ ਜਿੰਨਾ ਸਾਸ ਗਿਲਾਸ ਨਾ ਵਿਸਰੈ ਚਲਾ ਇਸ ਸੰਸਾਰ ਵਿੱਚ ਗੁਰਮੁਖ ਨੇ ਵੀ ਜਾਣਾ ਹੈ ਤੇ ਮਨਮੁਖ ਨੇ ਵੀ ਸਤਿਗੁਰ ਕਹਿੰਦੇ ਇਸ ਸੰਸਾਰ ਵਿੱਚ ਰਹਿਣਾ ਗੁਰਮੁਖ ਨੇ ਵੀ ਨਹੀਂ ਮਨਮੁਖ ਨੇ ਪਰ ਜਿੰਨਾ ਨੇ ਗੁਰਮੁਖ ਪਿਆਰਿਆਂ ਨੇ ਆ ਕੇ ਇਸ ਸੰਸਾਰ ਵਿੱਚ ਆ ਕੇ ਉਸ ਪ੍ਰਭੂ ਦੀ ਬੰਦਗੀ ਨੂੰ ਆਪਣੇ ਤੇ ਹਿਰਦੇ ਚ ਵਸਾਇਆ ਸਾਸ ਗਿਲਾਸ ਨਾ ਵਿਸਰੈ ਸਤਿਗੁਰ ਕੀ ਧਰਮਰਾਜ ਦਰ ਤੇ ਐਸੇ ਗੁਰਮੁਖ ਪਿਆਰੇ ਨੂੰ ਤੂੰ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਿ ਸ਼ੁਭ ਭਾਵ ਧਰਮਰਾਜ ਵੀ ਆਪਣੇ ਸਿੰਘਾਸਨ ਤੋਂ ਖੜਾ ਹੋ ਕੇ ਐਸੇ ਗੁਰਮੁਖ ਪਿਆਰੇ ਦੇ ਸਤਿਕਾਰ ਵਿੱਚ ਨਿਵਾਜਦਾ ਭਾਵ ਤੁਸੀਂ ਇਸ ਸੰਸਾਰ ਵਿੱਚ ਰਹਿ ਕੇ ਆਪ ਭਗਤੀ ਕੀਤੀ ਤੇ ਹੋਰਾਂ ਨੂੰ ਨਾਲ ਜੋੜਿਆ ਤੇ ਸਤਿਗੁਰ ਜਮਲ ਸਿੰਘ ਜੀ ਨੂੰ ਜਿਤਨੇ ਸਵਾਸਾਂ ਦੀ ਪੂੰਜੀ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਸੰਸਾਰ ਦੀ ਯਾਤਰਾ ਭੋਗਦੇ ਹੋਇਆ ਇਸ ਮਾਤਰੂ ਨੂੰ ਬਿਆਨਾ ਕਰਦੇ ਹਾਂ ਸੰਤਾਂ ਨੂੰ ਆਪਣੇ ਪਾਸ ਇਕੱਤਰ ਕੀਤਾ ਆਪਣਾ ਵਹਿ ਪਰਿਵਾਰ ਸਲਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੁਕਮਾਂ ਅਨੁਸਾਰ ਸਾਡਾ ਉਹ ਕਾਰਜ ਸੰਪੂਰਨ ਹੋ ਗਿਆ ਕਹਿੰਦੇ ਜਦੋਂ ਅਸੀਂ ਇਸ ਸੰਸਾਰ ਵਿੱਚ ਜਾਣਾ ਹੈ ਤੇ ਸਾਡੇ ਜਾਣ ਪਿੱਛੇ ਕਿਸੇ ਨੇ ਰੋਣਾ ਗੁਰਲਾਣਾ ਨਹੀਂ ਕਰਨਾ ਪਰ ਸਲਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਸਤਿਗੁਰ ਕਹਿੰਦੇ ਸਾਡੇ ਜਾਣ ਪਿੱਛੋਂ ਕਿਸੇ ਨੇ ਰੋਣਾ ਗੁਰਲਾਣਾ ਨਹੀਂ ਕਰਨਾ ਕਿਉਂਕਿ ਜਿਹੜਾ ਇਨਸਾਨ ਸਾਡੇ ਜਾਣ ਪਿੱਛੋਂ ਰੋਏਗਾ ਨਾ ਉਹ ਸਾਨੂੰ ਉੱਕਾ ਵੀ ਚੰਗਾ ਨਹੀਂ ਲੱਗਣ ਲੱਗਾ ਤੇ ਸਤ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਤਿਗੁਰ ਜੀ ਆਪ ਜੀ ਦੇ ਚਰਨਾਂ ਨਾਲ ਪ੍ਰੀਤ ਹੈ ਆਪ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਣਾ ਤੇ ਸਤਿਗੁਰ ਕੀ ਸਾਨੂੰ ਕਲਯੁਗ ਜੀਵਾਂ ਨੂੰ ਸਮਝਾ ਰਹੇ ਹਨ
ਕਹਿੰਦੇ ਅੰਤੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋਂ ਗਵਾਇਆ ਬਸੈ ਪੰਚ ਕਿਰਸਾਨਾ ਬਸੈ
Oh,
ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮਿਲਦਾ ਫਲ ਬਖਸ਼ੋ ਅਤੇ ਪਰਿਵਾਰ ਦੇ ਸਿਰ 'ਤੇ ਗੁਰੂ ਜੀ ਮਿਹਰ ਪਰਿਆਤਕ ਨਾਮ ਪਰਿਵਾਰ ਨੂੰ ਗੁਰਬਾਣੀ ਪੜ੍ਹਾਉਣੀ ਅਤੇ ਨਾਮ ਜਪਾਉਣਾ ਗੁਰੂ ਜੀ ਆਈ ਸਾਹ ਸੰਗਤੀ ਅੱਜ ਪ੍ਰਵਾਨ ਕਰਨੀ ਸੰਗਤਾਂ ਦਾ ਚੱਲਿਆ ਚੱਲਿਆ ਕਦਮ ਲੇਖੇ ਲਾਉਣਾ ਤਿਲ ਫੁੱਲ ਲੇਖੇ ਲਾਉਣਾ ਨਗਰ ਖੜੇ ਵਿੱਚ ਮਾਲ ਮਨੁੱਖੀ ਜੀਆਂ ਦਾ ਭਲਾ ਕਰਨ ਇਸ ਟਾਈਮ ਪਰਿਵਾਰ ਦੀ ਕਿਰਤ ਕਮਾਈ 'ਚੋਂ ਵੈਗਾਂ ਤਿਆਰ ਹੋ ਕੇ ਦਰਬਾਰ ਪਹੁੰਚੀਆਂ ਹਨ ਆਪ ਜੀ ਭੋਗ ਲੱਗੇ ਭੁੱਖ ਲੱਗਿਆ ਸੀ ਪ੍ਰਸ਼ਾਦ ਦੀ ਸਤਸੰਗ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਗੁਰਬਾਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਅਤੇ ਆਈਆਂ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਹਿਰਦਿਆਂ ਸੁਣੀ ਆਪ ਪ੍ਰਵਾਨ ਨੂੰ ਪਰਸੋਂ ਰੋਜ ਤੋਂ ਆਈਆਂ ਸਿੱਖ ਸੰਗਤਾਂ ਦੀ ਬੇਅੰਤ ਸੇਵਾ ਕੀਤੀ ਹੈ ਗੁਰੂ ਜੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਆਪ ਪਰਿਵਾਰ ਵੱਲੋਂ ਬਾਪੂ ਜੈਮਲ ਸਿੰਘ ਨਮਿਤ ਸਾਰੇ ਪਰਿਵਾਰ ਵੱਲੋਂ ਜੀ 11,000 ਰੁਪਈਆ ਗੁਰੂ ਜੀ ਆਪ ਗੁਰੂ ਘਰ ਦੀਆਂ ਬਣਦੀਆਂ ਇਮਾਰਤਾਂ ਵੱਲ ਤੇ ਪਹੁੰਚਿਆ ਹੈ ਮਾਇਆ ਇਸ ਭੰਡਾਰੇ ਭਰਪੂਰ ਕਰਨੇ ਕਾਲ ਕੰਡਕ ਦੁਰਗਣ ਇਸ ਟਾਈਮ ਸੰਗਤਾਂ ਵੱਲੋਂ ਪਰਿਵਾਰੋਂ ਜੀ ਅਰਦਾਸਾਂ ਮਿਲ ਗਏ ਬਾਪੂ ਜੈਮਲ ਸਿੰਘ ਦੀ ਰੂਹ ਨੂੰ ਆਉਣ ਜਾਣ ਦੇ ਚੱਕਰ ਤੋਂ ਬਚਾ ਕੇ ਗੁਰੂ ਜੀ ਸੱਚਖੰਡ ਦਾ ਵਾਸੀ ਬਣਾਉਣਾ ਦੇ ਪਿਛਲੇ ਪਰਿਵਾਰ ਦੇ ਸਿਰ 'ਤੇ ਗੁਰੂ ਜੀ ਮਿਹਰ ਭਰੇ ਹੱਥ ਰੱਖਣ ਕਿਰਪਾ ਕਰੋ ਦਰਗਾਹੀ ਉਪਸੁਨਾ ਕੀ ਸਾਧ ਸੰਗਤ ਜੀ ਨੂੰ ਨਦਰੋ ਨਦਰੀ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਤੇਰੇ ਭਾਣੇ ਸੁਰਬਤ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗ੍ਰੰਥ ਜੀ ਮਾਨਿਆ ਜੋ ਬ੍ਰਹਮ ਕੋ ਮਿਲ ਜਾਏ ਕੋ ਜਾ ਰਾਜ ਕਰੇਗਾ ਖਾਲਸਾ ਹੋਏ ਸਾ ਮਿਲੇਗੀ ਸਰਦਾ ਕਰ ਸੇਮ ਦੇ ਗੁਰੂ
ਕਿਰਪਾ ਜਹ ਨਰ ਕੋ ਕੀਨੀ ਤੈਹ ਜੁਗਤ ਪਛਾਨੀ ਜਿੱਥੇ ਵੱਡੇ ਭਰਾ ਕਾਂਗਰਸ ਦੇ ਪ੍ਰਧਾਨ ਨੇ
ਛੋਟਾ ਭਰਾ ਪਿੰਡ ਦੀ ਸਰਪੰਚੀ, ਸਰਪੰਚੀ ਦੇ ਵਿੱਚ ਵੀ ਪੂਰੀ ਡਿਵੈਲਪਮੈਂਟ ਪੂਰੀ ਤਰੱਕੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਜਦੋਂ ਕਿਤੇ ਪਿੰਡ ਦੇ ਵਿੱਚ ਆਈਦਾ ਦੇਖੀਦਾ ਹਰ ਵਾਰ ਪਿੰਡ ਵੱਲ ਲਿਆਉਂਦਾ, ਸੋ ਬਹੁਤ ਇਮਾਨਦਾਰੀ ਤੇ ਦਿਆਨਦਾਰੀ ਦੇ ਨਾਲ ਕੰਮ ਕਰਦੇ ਨੇ। ਮੈਂ ਸਮਝਦਾ ਕਿ ਇਸ ਪਰਿਵਾਰ ਦੀ ਇੰਨੀ ਤਰੱਕੀ ਕਰਨਾ, ਇੰਨਾ ਵਧਣਾ, ਇਹ ਬਜ਼ੁਰਗਾਂ ਦੀ ਦਿੱਤੀ ਹੋਈ ਸਿੱਖਿਆ, ਉਸ ਸਿੱਖਿਆ ਦੇ ਉੱਤੇ ਚੱਲ ਕੇ ਇਹ ਪਰਿਵਾਰ ਨੇ ਬਹੁਤ ਵੱਡਾ ਨਾਮ ਕਮਾਇਆ। ਅੱਜ ਗੱਲ ਕਰਨ ਲੱਗੀ ਤਾਂ ਇੱਕ ਲਾਈਟ ਹਾਊਸ ਦੀ ਤਰ੍ਹਾਂ, ਚਾਨਣ ਮੁਨਾ ਦੀ ਤਰ੍ਹਾਂ ਸਾਨੂੰ ਸੇਧ ਦੇ ਕੇ ਗਏ ਨੇ। ਸੋ ਬਹੁਤ ਕੁਛ ਬੋਲਿਆ ਜਾ ਸਕਦਾ, ਬਹੁਤ ਕੁਛ ਕਿਹਾ ਜਾ ਸਕਦਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਜ ਤਾਂ ਅਸੀਂ ਗੁਰੂ ਅੱਗੇ, ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਰਹੇ ਹਾਂ, ਹੇ ਵੈਰ ਸੱਚੇ ਪਾਤਸ਼ਾਹ, ਉਸ ਪਵਿੱਤਰ ਆਤਮਾ ਨੂੰ, ਉਹ ਸਾਡੇ ਨਿਗਰ ਸੱਜਣ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ, ਕਿਉਂਕਿ ਭਾਣਾ ਮੰਨਣਾ ਵੀ ਬੜਾ ਔਖਾ ਹੈ। ਇਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਆਸਰਾ ਲੈ ਕੇ ਮੰਨਿਆ ਜਾ ਸਕਦਾ। ਇੰਨਾ ਕਹਿੰਦਾ ਹੋਏ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਨਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਤੇ ਉਹ ਸ਼ਖਸੀਅਤਾਂ ਪਹੁੰਚੀਆਂ ਨੇ ਜਿਨ੍ਹਾਂ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਖੇੜਕੀ, ਰਵੇਸ਼ ਕਾਲਾ ਜੀ ਬਲਾਕ ਪੰਜਾਬ ਕਾਂਗਰਸ ਕਮੇਟੀ ਜੋ ਪਛਾਣਾ ਬਲਾਕ ਦੇ ਨੇ, ਮੰਗਤ ਸਿੰਘ ਜੀ ਘੱਗਾ, ਸਰ ਰਜਿੰਦਰ ਸਿੰਘ ਜੀ ਮੋਹਨਖੇੜਾ, ਬਿਰ ਸਿੰਘ ਜੀ ਪੱਪੀ, ਸੁਦਰਸ਼ਨ ਮਿੱਤਲ ਜੀ ਸਮਾਣੇ ਤੋਂ, ਸਾਡੇ ਰਾਜੂ ਐਮ ਸੀ ਜੀ, ਗੋਪਾਲ ਸ਼ਰਮਾ ਜੀ ਐਮ ਸੀ ਸਮਾਣੇ ਤੋਂ, ਵਿਜੇ ਅਗਰਵਾਲ ਜੀ, ਅਤੇ ਬਹੁਤ ਸ਼ਖਸੀਅਤਾਂ ਪਹੁੰਚੀਆਂ ਨੇ ਕਿਉਂਕਿ ਨਾਂ ਦੇ ਸਾਰਿਆਂ ਦੇ ਲੈਣ ਲੱਗੇ ਬਹੁਤ ਜ਼ਿਆਦਾ ਸਮਾਂ ਲੱਗ ਜਾਏਗਾ। ਇਸ ਕਰਕੇ ਮੈਂ ਸਭ ਤੋਂ ਜਿਹੜਾ ਨਾਂ ਲੈਗਾ ਮੈਂ ਅਮਰਜੀਤ ਜੀ ਪਾਂਧਰ ਕਮੇਟੀ ਨੇ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਹੋਇਆ ਮੈਂ ਬੇਨਤੀ ਕਰਾਂਗਾ। ਸਾਡੇ ਬਹੁਤ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ, ਉਹ ਆ ਕੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਵੀ ਕਰਨਗੇ। ਮਹਾਰਾਣੀ ਪ੍ਰਨੀਤ ਕੌਰ ਜੀ ਸਾਬਕਾ ਦੇਸ਼ ਰਾਜ ਮੰਤਰੀ ਭਾਰਤ ਸਰਕਾਰ। ਹਜ਼ੂਰੀ ਦੇ ਵਿੱਚ ਸਜੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁੱਖ ਭਰੇ ਹਿਰਦਿਆਂ ਦੇ ਨਾਲ ਸਾਰੀ ਸੰਗਤ ਜੈਮਨ ਸਿੰਘ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੈ। ਇਸ ਪਰਿਵਾਰ ਦੇ ਨਾਲ ਇਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੈ ਔਰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਾਮਿਲ ਹੈ। ਮੈਂ ਆਪਣੇ ਵੱਲੋਂ, ਰਾਜਿੰਦਰ ਵੱਲੋਂ, ਮਹਾਰਾਜਾ ਸਾਹਿਬ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਾਮਿਲ ਹੈ। ਬਾਪੂ ਜੀ ਨੇ ਬਹੁਤ ਲੰਬੀ ਉਮਰ ਭੋਗੀ, ਬਹੁਤ ਵਧੀਆ ਉਮਰ ਭੋਗੀ, ਇਹ ਸਾਰਿਆਂ ਨੂੰ ਪਤਾ ਹੈ। ਔਰ ਅੱਜ ਇਹ ਸਬੂਤ ਹੈ ਕਿ ਸਾਰੇ ਜਿਹੜੀ ਸੰਗਤ ਇੰਨੀ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਈ ਹੈ ਉਹ ਆਪਣੇ ਬਾਪੂ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੇਟੇ ਲਖਵਿੰਦਰ ਔਰ ਉਹਨਾਂ ਦੇ ਭਾਈ ਜਿਨ੍ਹਾਂ ਨੇ ਸਮਾਜ ਦੀ ਸੇਵਾ ਕੀਤੀ ਹੈ, ਕਰ ਰਹੇ ਨੇ ਔਰ ਸਿਆਸੀ ਦੌਰ ਦੇ ਵਿੱਚ ਵੀ ਆਪਣਾ ਨਾਮ ਬਣਾਇਆ ਹੈ, ਔਰ ਇਹਨਾਂ ਦੀਆਂ ਭੈਣਾਂ ਬੀਬੀ ਜੀ ਦੇ ਇਹ ਸਾਰੇ ਜਿਹੜੇ ਜੀਵਨ ਨੇ ਇਹਨਾਂ ਦੇ ਨਾਲ ਇਸ ਦੁੱਖ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਇਸੀ ਤਰੀਕੇ ਦੇ ਨਾਲ ਇਸ ਵਧੀਆ ਪਰਿਵਾਰ ਨੂੰ ਵਧੀਆ ਰਸਤੇ ਚੱਲਣ, ਸੁੱਖ ਸ਼ਾਂਤੀ ਮਿਲੇ, ਬਿਹਰ ਭਰਿਆ ਹੱਥ ਧਰਨਾ ਔਰ ਸਮਾਜ ਔਰ ਆਪਣੀ ਪਾਰਟੀ ਦੀ ਇਹ ਸੇਵਾ ਕਰਦੇ ਰਹਿਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਜੈਮਨ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਔਰ ਆਸ ਰੱਖਦੀ ਹਾਂ ਕਿ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਜਣ ਔਰ ਬਾਕੀ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਪਾਣਾ ਮੰਨਣ ਦੀ ਤਾਕਤ ਦੇਣ ਔਰ ਮਿਹਰ ਭਰਿਆ ਹੱਥ ਧਰਨ ਇਹਨਾਂ ਦੇ ਸਿਰਾਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਦਿਲੋਂ ਧੰਨਵਾਦ ਕਿ ਤੁਸੀਂ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਆਏ ਹੈ ਔਰ ਅੱਜ ਜੈਮਨ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਪਹੁੰਚੇ ਨੇ ਜਹਾਜ਼ ਰਜਿੰਦਰ ਸਿੰਘ ਜੀ ਫਤਿਹਗੜ੍ਹ ਛੰਨਾ, ਅਜਾਦ ਰਜਿੰਦਰ ਸਿੰਘ ਜੀ ਧਨੌਰੀ ਲਾਗੇ ਜਾਮਣੀ ਵਾਲੇ ਤੋਂ,
ਸਰਦਾਰ ਸੁਖਿੰਦਰ ਸਿੰਘ ਜੀ ਮਿਆਰ ਬਹੁਤ ਸੰਗਤਾਂ ਪਹੁੰਚੀਆਂ ਨੇ ਪਰਿਵਾਰ ਵਾਲੇ ਕੋਲ ਫਿਰ ਸਾਰੇ ਸੰਗਤ ਦਾ ਬਹੁਤ ਧੰਨਵਾਦ ਹੁਣ ਗੁਰੂ ਦੀ ਦੇਖ ਵਰਤੇ ਵੀ ਦੇਖ ਲੈਣ ਪਰ ਜਿਹਨਾਂ ਗੁਰੂ ਦਾ ਲੰਗਰ ਦੇ ਛਕਿਆ ਸਭ ਨੇ ਲੰਗਰ ਛੱਕ ਕੇ ਜਾਣ ਦੀ ਸੋਰੀ ਕਰ